ਤੇਰੀ ਥਾਰ ਵੜਦੀ ਨਹੀਂ ਚੱਕਾ ਕੰਮ ਹੋ ਜਾਵੇ ਦੇਖੀ ਕਿਤੇ ਗੱਲਾਂ ਕਹਿ ਤੈਨੂੰ ਮੈਂ ਗੱਲ ਦੱਸਦਾ ਜੇ ਟੀਮ ਬਣਾ ਕੇ ਟੀਮ ਖਿਡਾਉਣੀ ਆ ਉਹ ਸਾਰਿਆਂ ਤੋਂ ਔਖੀ ਆ ਅੱਛਾ ਹਾਂ ਉਹ ਤੋਂ ਚੰਗਾ ਤੂੰ ਆਪ ਖੇਡਦਾ ਮੈਨੂੰ ਲਾਲਚ ਹੁੰਦਾ ਸੀ ਮੈਨੂੰ ਕੱਪ ਤੇ ਲੈ ਜਾਣਗੇ ਕੱਪ ਤੇ ਨਹੀਂ ਲੈ ਗਏ ਬਹੁਤ ਪਾਉਣਾ ਹੁੰਦਾ ਬਾਹਰ ਜਦੋਂ 2011 ਕੱਪਾ ਦੇ ਸੀ ਮੈਂ ਮੇਰੀ ਲਗਾਤਾਰ ਹੋਈ ਜਾਂਦੇ ਹੁੰਦੇ ਸੀ ਪਹਿਲਾਂ ਫੈਡਰੇਸ਼ਨ ਦੇ ਮੈਚਾਂ 'ਚ ਕਬੱਡੀ ਡਬਲ ਹੁੰਦੀ ਸੀ ਡਬਲ ਬਹੁਤ ਪਾਈਆਂ ਏਦਾਂ ਸੀਗਾ 2011 ਇੰਡੀਆ ਸੀ ਜਾਂਦਾ ਮੈਂ ਬੈਟ ਸੀ 11 ਟੋਰਾਂਟੋ ਦੇ ਵਰਲਡ ਕੱਪ ਦਾ ਵੀ ਟੋਰਾਂਟੋ ਦੇ ਸੀ ਜਾਂਦਾ ਵੀ ਵੈਨਕੂਵਰ ਦਾ ਸੀ ਜਾਂਦਾ ਵੀ ਉਹ ਤੋਂ ਬਾਅਦ ਇੰਡੀਆ ਵਾਲੇ ਵਰਲਡ ਕੱਪ ਦਾ ਬੈਟ ਸੀਗਾ ਠੀਕ ਆ ਉਹ ਹੁਣ ਬੰਦਾ ਮਿਸ ਕਰਦਾ ਚੱਲ ਵਧੀਆ ਕੋਈ ਚੱਕਰ ਨਹੀਂ ਮੈਂ ਆਪਾਂ ਨੂੰ ਦੇਖੋ ਉਹ ਲੈਵਲ ਤੇ ਮੈਂ ਜਾ ਨਹੀਂ ਸਕਦਾ ਹੁਣ ਮੈਂ ਆਪਣੇ ਆਪ ਨੂੰ ਰੱਖਦਾ ਮੇਨਟੇਨ ਇਹਨਾਂ ਦੇ ਵਿੱਚ ਇਹਨਾਂ ਦੇ ਹਿਸਾਬ ਨਾਲ ਠੀਕ ਆ ਜੇ ਮੇਰੇ ਤੋਂ 20 ਨਹੀਂ ਪੈਂਦੀਆਂ ਮੈਂ ਆਪਦੀਆਂ 12 ਪਾਉਣੀਆਂ ਠੀਕ ਆ ਅਤੇ ਇਹਦੇ ਹਿਸਾਬ ਨਾਲ ਉਹਦੇ ਵਿੱਚ ਰਹਿਣਾ ਗੇਮ 'ਤੇ ਰਹਿਣ ਨੂੰ ਜ਼ਰੂਰੀ ਆ ਆਪਾਂ ਉਸ ਹਿਸਾਬ ਨਾਲ ਮਿਹਨਤ ਕਰਦੇ ਹਾਂ ਉਸ ਹਿਸਾਬ ਨਾਲ ਡਾਈਟ ਖਾਂਦੇ ਹਾਂ ਜਿੱਦਾਂ ਹੁਣ ਇੰਜਰੀ ਫੇਰ ਪੱਟ 'ਤੇ ਹੋਈ ਪਹਿਲਾਂ ਮਾਝੇ ਸ਼ੋਅ ਮੈਂ ਖੇਡਦਿਆਂ ਮੈਂ 25 ਦਿਨ ਰੈਸਟ ਕਰਕੇ ਖੇਡਿਆ 4 ਕੁ ਮੇਲੇ ਖੇਡਿਆ ਫੇਰ ਉੱਦਣ ਗਰਾਊਂਡ ਪੋਲੀ ਸੀਗੀ ਉੱਦਣ ਫੇਰ ਹੋ ਗਿਆ ਪੱਟ ਦਾ ਕੰਮ ਹੁਣ 3 ਮਹੀਨੇ ਬਾਅਦ ਖੇਡਿਆ ਥੱਲੇ ਉਨੀ ਬਣਦੀ ਨਹੀਂ ਗੱਲ ਪਰ ਬਣਾਈ ਜਾਂਦੇ ਹਾਂ ਉਹ ਕੋਈ ਚੱਕਰ ਨਹੀਂ ਆਪਾਂ ਨੂੰ ਕੋਈ ਜਿੱਦਾਂ ਇੱਦਾਂ ਦਾ ਹੈ ਨਹੀਂ ਗਾ ਚੰਗੇ ਮਾੜੇ ਦਾ ਜੇ ਮੈਂ ਮਾੜਾ ਖੇਡਿਆ ਜੱਫਾ ਵੀ ਲੱਗਣਾ ਜ਼ਰੂਰੀ ਆ ਨਾਲੇ ਲੱਗਦੇ ਕਿਹਨੂੰ ਨੇਗੇ ਹੌਲੀ ਹੌਲੀ ਆਪੇ ਸੈੱਟ ਹੋ ਜਾਣਗੇ ਇਹ ਨਾ ਇਹ ਜਿੱਦਾਂ ਗੇਮ ਦਾ ਨਸ਼ਾ ਸਭ ਤੋਂ ਭੈੜਾ ਨਸ਼ਾ ਹਲਾਲਾ ਵਧੀਆ ਤੇ ਭੈੜਾ ਹੁਣ ਪਲੇਅਰ ਆ ਕਬੱਡੀ ਪਲੇਅਰ ਆ ਉਹਨੇ ਗਰਾਊਂਡ ਨਹੀਂ ਛੱਡਣੀ ਜੇ ਖੀਰ ਜਿੱਦਾਂ ਖੀਰਾਂ ਨਹੀਂ ਲੱਗਿਆ ਜੇ ਉਹ ਪਿੰਡ ਰਹਿੰਦਾ ਆ ਭਲਵਾਨ ਚਾਹੇ ਪਲੇਅਰ ਹੈ ਨਾ ਜੇ ਉਹ ਆਪਦੇ ਪਿੰਡ ਰਹਿੰਦਾ ਆ ਉਹਨੇ ਇੱਕ ਚਾਹੇ 2 ਟਾਈਮ ਗਰਾਊਂਡ ਜਾਣਾ ਹੀ ਆ ਚਾਹੇ ਉਹ ਗੇਮ ਛੱਡ ਗਿਆ ਜਿੱਦਾਂ ਮਰਜ਼ੀ ਉਹਨੂੰ ਉਹਦੇ ਨਾਲ ਲਗਾ ਆ ਵੀ ਉਹਨੇ ਆਪਣੀ ਬਚਪਨ ਆਪਣੀ ਜਵਾਨੀ ਉੱਤੇ ਕੱਢੀ ਆ ਉਹਨੇ ਜਾਣਾ ਹੀ ਜਾਣਾ ਇੱਦਾਂ ਹੀ ਭਲਵਾਨ ਆ ਉਹਨੇ ਖਾੜੇ ਜਾਣਾ ਹੀ ਜਾਣਾ ਉਹਨੇ ਬਾਜਰ ਭਲਵਾਨੀ ਕਰ ਲਈ ਨਾ ਜਿੱਦਾਂ ਕਬੱਡੀ ਜਿੱਦਾਂ ਹੁਣ ਗੇਮ ਕਰ ਲਈ ਕਬੱਡੀ ਵਾਲੇ 'ਚ ਭਲਵਾਨ ਨੇ ਉਹ ਕਰ ਲਈ ਉਹਨੇ ਨਾਲ ਫਿਰ ਨਵਿਆਂ ਦੀ ਸ਼ੁਰੂ ਕਰ ਦੇਣੀ ਫਿਰ ਉਹਨੇ ਆਪਣਾ ਸ਼ੌਂਕ ਉੱਧਰ ਰੱਖਣਾ ਯਾਰੀ ਉਹਨੂੰ ਜਿੱਦਾਂ ਆਪਣਾ ਸਮਝ ਕੇ ਜਿੱਦਾਂ ਮੈਂ ਤਿਆਰੀ ਕਰਦਾ ਹੁਣ ਉਹਨਾਂ ਦੀ ਵੀ ਇਹੋ ਆ ਮੇਰੀ ਫੀਲਿੰਗ ਲਾ ਲਓ ਇੱਦਾਂ ਆ ਵੀ ਪਿੰਡ ਕੈਂਪ ਲਾਇਆ ਮੈਨੂੰ ਹੁੰਦਾ ਸੀ ਮੈਂ ਕੀ ਸੀਗਾ ਮੈਂ ਕਿੱਦਾਂ ਮਿਹਨਤ ਕਰਦਾ ਹੁੰਦਾ ਸੀ ਇੱਦਾਂ ਇਹ ਕਰਨ ਵੀ ਜੇ 10 ਜਾਣੇ ਆਉਂਦੇ ਆ 10 'ਚੋਂ 5 ਵੀ ਪੂਰੇ ਤਕੜੇ ਹੋ ਗਏ ਸਮਝ ਲਾ ਸਫਲ ਆ ਜੇ ਆਪਾਂ ਜਿਹੜਾ ਯਾਰ ਘਰੋਂ ਸਰਦਾ ਗਰਾਊਂਡ 'ਚ ਵੜਦੇ ਹੀ ਠੀਕ ਆ ਮਿੱਟੀ ਨਾਲ ਮਿੱਟੀ ਹੋਣ ਨੂੰ ਕਿਹੜਾ ਜੀ ਕਰਦਾ ਹੁਣ ਕਿੰਨੀ ਗਰਮੀ 'ਚ ਆਪਾਂ ਕੈਂਪ ਲਾਈਦਾ ਲਿਟਨ ਲਾ ਦਈਦੇ ਬੰਦੇ ਹੈ ਨਾ ਆਪ ਵੀ ਕਰੀਦੀ ਨਾਲ ਆਪਣੇ ਉਸਤਾਦ ਮਿਹਨਤ ਲਗਾਉਣੀ ਜ਼ਿਆਦਾ ਔਖੀ ਆ ਕਿ ਕਬੱਡੀ ਖੇਡਣੀ ਤੈਨੂੰ ਮੈਂ ਗੱਲ ਦੱਸਦਾ ਜੇ ਟੀਮ ਬਣਾ ਕੇ ਟੀਮ ਖਿਡਾਉਣੀ ਆ ਉਹ ਸਾਰਿਆਂ ਤੋਂ ਔਖੀ ਆ ਅੱਛਾ ਹਾਂ ਉਹ ਤੋਂ ਚੰਗਾ ਤੂੰ ਆਪ ਖੇਡਦਾ ਜਿੱਦਾਂ ਜਦੋਂ ਸੱਟ ਲੱਗੀ ਟੀਮ ਬਣਾਉਂਦਾ ਸੀ ਮੈਂ ਨਾ ਜਾ ਕੇ ਕਈ ਵਾਰ ਰੈਫਰੀਆਂ ਨਾਲ ਵਿੰਸਣਾ ਕਦੀ ਮੈਂ ਜ਼ਿੰਦਗੀ ਨਹੀਂ ਵਿੰਸਿਆ 65 ਦੇ ਬੱਲੇ ਨਹੀਂ ਤੂੰ ਗਲਤ ਦੇ ਦਿੱਤਾ ਮੋਰਲੀ ਟੀਮ ਵਾਲੇ ਨਾਲ ਉਹ ਆਪਦੀ ਜ਼ਿਆਦਾ ਸਿਰ ਖਪਾਈ ਹੁੰਦੀ ਆ ਇਹਦੇ ਨਾਲ ਉਹ ਕੰਮ ਛੱਡੋ ਆਪਣੀ ਕਬੱਡੀ ਪਾਓ ਹੁਣ ਆਪਾਂ ਟੀਮ ਬਣਾਉਂਦੇ ਹਾਂ ਪਰ ਆਪਾਂ ਉਸਤਾਦ ਨੂੰ ਕਿਹਾ ਵੀ ਤੂੰ ਐਂ ਦੇਖਣਾ ਅਸੀਂ ਨਹੀਂ ਦੇਖਣਾ ਠੀਕ ਹੈ ਜਿਹੜਾ ਸਾਡਾ ਕੰਮ ਤੈਨੂੰ ਕਰ ਦਈਦਾ ਨੰਬਰ ਉਹਨੂੰ ਸਾਰਿਆਂ ਦੇ ਦਿੱਤੇ ਆ ਤੂੰ ਟੀਮ ਬਣਾ ਅਸੀਂ ਨਾਲ ਚੱਲਦੇ ਹਾਂ
ਜੇ ਸਾਰਾ ਕੁਛ ਅਸੀਂ ਕਰੀ ਜਾਣਾ ਫਿਰ ਸਾਧਾਂ ਦਾ ਕੀ ਕੰਮ ਰਹਿ ਗਿਆ। ਇੱਕ ਮੈਂ ਸਾਧ ਆਪਣੇ ਸੁਣਿਆ ਕਹਿੰਦੇ ਵੀ ਤੁਸੀਂ ਨਾ ਸਟਾਰਟਿੰਗ ਦੇ ਵਿੱਚ ਕਾਪੀ ਦੇ ਉੱਪਰ ਉਹ ਲਿਖਦੇ ਹੁੰਦੇ ਸੀਗੇ ਨੰਬਰ, ਸਕੋਰ ਲਿਖਦੇ ਹੁੰਦੇ ਸੀ ਹਨਾ, ਜਦੋਂ ਪਿੰਡ ਟੂਰਨਾਮੈਂਟ ਹੁੰਦਾ ਸੀ ਮੇਰੇ ਹਿਸਾਬ ਨਾਲ 5-6-7 ਕਿੰਨੇ ਸਾਲ ਲਿਖੇ ਭਗਵਾਨ ਜੀ। ਅੱਛਾ ਜੀ, ਅੱਛਾ ਕਿੰਨੇ ਸਾਲ ਲਿਖਦਾ ਹੁੰਦਾ ਸੀ, ਮੈਨੂੰ ਹੁੰਦਾ ਸੀ ਬਾਈ ਮੈਨੂੰ ਦੇ ਦੇਣਗੇ ਟਰੋਫੀ, ਮੈਨੂੰ ਫਾਈਨਲ ਵਾਲੇ ਦਿਨ ਟਰੋਫੀ ਦੇਣ ਦੇ ਹੁੰਦੇ ਸੀ। ਦੇਖ ਲੋ ਇੱਕ ਟਰੋਫੀ ਦੇ ਚਾਅ ਨਹੀਂ, ਮਤਲਬ ਕਿ ਕਿੱਥੋਂ ਤੱਕ ਪਹੁੰਚਾਤਾ ਯਾਰ ਬਾਪੂ ਮੇਰੇ ਨੂੰ, ਸ਼ੌਕ ਬਹੁਤ ਸੀ, ਉਹਨੇ ਬਹੁਤ ਡੰਡਾ ਚਾੜਿਆ, ਪਰ ਕਈ ਨਿਆਣੇ ਹੁੰਦੇ ਨਾ ਢੀਠ ਨਹੀਂ ਹੀ ਲੱਗਦੇ ਆਪਾਂ ਅੱਖੇ, ਫਿਰ ਜਦੋਂ ਅਸਲ ਵਿੱਚ ਜਦੋਂ ਚੰਗੀ ਤਰ੍ਹਾਂ ਸਮਝਾਇਆ ਜਦੋਂ ਜਿੱਦਾਂ ਇੱਕ ਜਿੱਦਾਂ ਹੁਣ ਸਾਡੇ ਪਿੰਡ ਦੀ ਟੀਮ ਬਹੁਤ ਤਕੜੀ, ਇਹਨਾਂ ਨੂੰ ਵੀ ਦੇਖਦੇ ਸੀ ਸਾਰਿਆਂ ਨੂੰ ਬੰਦਾ, ਹੁਣ ਜੇ ਹੁਣ ਅੱਜ ਮੈਂ ਕਹੀ ਜਾਵਾਂ ਨਹੀਂ ਜੀ ਮੈਂ ਇਹਨਾਂ ਨੂੰ ਦੇਖ ਕੇ ਨੱਗਾ, ਬੰਦਾ ਆਪਣੇ ਸੀਨੀਅਰ ਨੂੰ ਦੇਖਦਾ ਆ, ਉਹਨਾਂ ਦੀ ਚੀਜ਼ ਕੈਚ ਕੀਤੀ, ਮਿਹਨਤ ਮੈਂ ਮਿਹਨਤ ਲਾਉਂਦੇ ਸੀ, ਪੂਰੀ ਮਿਹਨਤ ਲਾਉਂਦੇ ਸੀ, ਲਾਉਂਦੇ ਵੀ ਇੱਕ ਦੂਜੇ ਚੋਰੀ ਸੀ, ਠੀਕ ਹੈ ਜਦੋਂ ਮੈਂ ਵੜ ਗਿਆ ਮੈਂ ਵੀ ਚੋਰੀ ਲਾਉਣ ਲੱਗ ਪਿਆ, ਅਸੀਂ ਜਿੱਦਾਂ ਨਾ ਰਾਣਾ ਹੁੰਦਾ ਸੀ 70 ਕਿਲੋ ਖੇਡਦਾ ਸੀ, ਚੰਨਾ ਸੀ ਇੱਕ ਮੁੰਡਾ ਉਹ ਕਬੱਡੀ ਛੱਡ ਗਿਆ, ਉਹ ਯੂਰਪ ਚਲ ਗਿਆ ਹਿੰਦਾ, ਯਾਨੀ ਕਿ ਇਹ 4-5 ਜਾਣੇ ਅਸੀਂ ਨਾ ਜ਼ਿਆਦਾ ਲਾਉਣੇ ਹੁੰਦੇ ਸੀ ਵੀ ਜਿਹਨਾਂ ਦਾ ਕੰਮ ਇਹੋ ਸੀ ਮਿਹਨਤ ਲਾਉਣਾ ਹੀ, ਉਹਨਾਂ ਵਿੱਚੋਂ ਰਾਣਾ ਤੇ ਚੰਨਾ ਮੈਚ ਖੇਡਦੇ ਸੀ, ਅਸੀਂ ਖੇਡਦੇ ਨਹੀਂ, ਅਸੀਂ ਇੱਦਾਂ ਜੇ ਸਕੂਲ ਤੋਂ ਛੁੱਟੀ ਹੋ ਕੇ ਚੱਲ ਗਏ, ਗਰਾਊਂਡ ਦੇ ਮੂਹਰੇ ਸਕੂਲ ਆ ਚੱਲ ਗਏ, ਜਿੱਦਾਂ ਪਹਿਲਾਂ ਹੀ ਭੱਜਣਾ, ਜੇ 2 ਵਜੇ ਲਾਉਣ ਲੱਗੇ ਹੋਏ ਜਦੋਂ ਅਗਲਾ ਕਦੋਂ ਆ ਹੁਣੇ ਹੀ ਲੱਗਾ ਯਾਰ, ਸਾਡੀ ਇੱਦਾਂ ਹੁੰਦੀ ਸੀ, ਇਹ ਉਹੀ ਗੱਲ ਹੈ ਵੀ ਇਹ ਕੰਮ ਆਉਂਦੀ ਆ, ਜੇ ਕੀਤੀ ਆ ਕੰਮ ਵੀ ਆਈ, ਸਟਾਰਟਿੰਗ ਟਾਈਮ ਜਿਹੜਾ ਬੰਦੇ ਦਾ ਹੁੰਦਾ ਨਾ ਬੰਦੇ ਨੂੰ ਹੋਰ ਕੁਛ ਸੋਚਣਾ ਨਹੀਂ, ਜਦੋਂ ਸੌਂਦਾ ਜਦੋਂ ਅੱਖ ਖੁੱਲੀ ਉਹਨੇ ਭੱਜ ਜਾਣਾ, ਸਾਰਿਆਂ ਦਾ ਇੱਦਾਂ ਦਾ, ਮੇਰਾ ਵੀ ਇੱਦਾਂ ਸੀਗਾ। ਹੁਣ ਮੈਂ ਇੱਕ ਦਿਨ ਨਾ ਗਰਾਊਂਡ 'ਚ ਗਿਆ, ਧੁੰਦ ਪਈ ਪੂਰੀ ਹੈ ਨਾ, ਮੈਂ ਗੱਡੀ 'ਚ ਬੈਠਾ, ਮੈਂ 2-4 ਫੋਨ ਕੀਤੇ ਟੀਮ ਬਣਾਉਣ ਨੂੰ, ਅਤੇ ਮੈਂ ਉਤਰਿਆ, ਮੈਂ ਸ਼ੂ ਪਾਏ, ਮੈਂ ਕਿਹਾ ਥੋੜ੍ਹੀ ਜਿਹੀ ਕਰ ਲਵਾਂ ਨਾ, ਮੈਂ ਥੋੜ੍ਹੀ ਕਰਨੀ ਸੀਗੀ, ਮੈਂ ਖੜ੍ਹਾ ਸੋਚਣ ਡਿਆ ਸੀ, ਮੁੰਡਾ ਆਇਆ ਸਾਡੇ ਪਿੰਡ, ਉਹਨੇ ਮੇਰੇ ਗੋਡੀ ਹੱਥ ਲਾਏ, ਉਹ ਗਿਆ ਉਹਨੇ ਕਿੱਟ ਪਾਈ, ਉਹ ਲਾਪਿਆ ਦੌੜਦਾ, ਮੇਰੀ ਉਹ ਰੀਲ ਘੁੰਮ ਗਈ ਪਹਿਲਾਂ ਵਾਲੀ, ਭਲਵਾਨ ਤੂੰ ਕੀ ਕਰਦਾ ਹੁੰਦਾ, ਆਪਾਂ ਵੀ ਇੱਦਾਂ ਆਉਣਾ, ਆਪਣੇ ਕੋਲ ਸਾਈਕਲ ਵੀ ਨਹੀਂ ਸੀ ਹੁੰਦਾ, ਤੁਰ ਕੇ ਆਉਣਾ ਗਰਾਊਂਡ 'ਚ, ਕਿਸੇ ਹੱਲ ਨਹੀਂ ਦੇਖਣਾ ਕੋਈ ਲਾਉਂਦਾ ਕੋਈ ਨਹੀਂ ਲਾਉਂਦਾ, ਆਪਾਂ ਨੂੰ ਨਹੀਂ ਮਤ ਲਾਉਂਦਾ, ਆਪਾਂ ਆਪਣੀ ਕਿੱਟ ਪਾਉਣੀ, ਭਾਵਾਂ ਧੁੰਦ ਪਈ ਹੋਵੇ ਕੋਰਾ ਆਪਣੀ ਮਿਹਨਤ ਲਾਉਣੀ, ਉਹਦੇ ਨਾਲ ਮੈਂ ਦੇਖਿਆ, ਮੈਂ ਕਿਹਾ ਵੀ ਫਿਰ ਆਇਆ ਉਸਤਾਦ ਵੀ ਆ ਗਿਆ ਉੱਥੇ, ਮੁੰਡਾ ਟੋਨੀ ਵੀ ਆ ਗਿਆ ਉੱਪਰ, ਫਿਰ ਮੈਂ ਦੱਸਿਆ, ਮੈਂ ਕਿਹਾ ਮੈਨੂੰ ਚੇਤਾ ਆ ਗਿਆ ਪਹਿਲਾਂ ਟਾਈਮ, ਸਾਡੇ ਇੱਦਾਂ ਹੁੰਦਾ ਸੀਗਾ ਜਿੱਦਾਂ ਅਕੈਡਮੀ ਵੀ ਸੀਗੀ ਭਾਜੀ ਭਰਵਾਨ ਨੇ ਟੀਮ ਬਣਾਈ, ਹਾਂਜੀ ਹਾਂਜੀ, ਤੇ ਉਹ ਪਲੇਅਰ ਅੱਡ ਹੁੰਦੇ ਸੀ, ਰਹਿੰਦੇ ਹੁੰਦੇ ਸੀ, ਮੰਨਾ ਲਾਲਪੁਰੀਆ ਵੀ ਰਿਹਾ ਉੱਥੇ, ਹੈਪੀ ਚੋਲੇ ਵਾਲਾ ਵੀ ਰਿਹਾ, ਬਹੁਤ ਜਿੱਦਾਂ ਮਾਝੇ ਵਾਲੇ ਤਕਰੀਬਨ ਵਧੀਆ ਪਲੇਅਰ ਹੈ, ਜਿਹੜਾ ਨਾਥ ਰੇਡਰ ਆ ਉਹਦਾ ਬਾਪੂ ਵੀ ਰਹਿੰਦਾ ਹੁੰਦਾ ਸੀ, ਜਿਹੜਾ ਭਾਨੇ ਵਾਲਾ ਜੱਸਾ ਆ ਉਹਦਾ ਡੈਡੀ ਵੀ ਰਹਿੰਦਾ ਹੁੰਦਾ ਸੀ, ਸੋਨੂੰ ਭਾਜੀ ਬਹੁਤ ਨਾਮੀ ਪਲੇਅਰ ਰਹੇ ਆ, ਹੁਣ ਮੈਨੂੰ ਸਾਰਿਆਂ ਨਾਂ ਨੀ ਪਤਾ, ਮਾਝੇ ਵਾਲੇ ਮਹਿੰਦੀ ਹੋਣੀ, ਤੇ ਏਦਾਂ ਹੁੰਦਾ ਸੀ ਜਿੱਦਾਂ ਮੈਂ ਆਪਦੀ ਇੱਧਰੋਂ ਲਾਉਣੀ ਪਹਿਲਾਂ, ਕਲਵੀਰੇ ਕੋਚ ਨੇ ਆਉਣਾ ਜਿੱਦਾਂ 4:15, ਮੈਂ ਇੱਧਰੋਂ ਸਾਡੀ ਗਰਾਊਂਡ ਨੂੰ ਮੱਥਾ ਟੇਕ ਕੇ ਇੱਧਰੇ ਦੋਨੋਂ ਕੱਟੀਆਂ ਹੁੰਦੀਆਂ ਸੀ, ਬਾਅਦ ਇਹਨਾਂ ਨੇ ਲਾਈ ਜਾਣੀ, ਮੈਨੂੰ ਲਾਲਚ ਹੁੰਦਾ ਸੀ ਮੈਨੂੰ ਕੱਪ ਤੇ ਲੈ ਜਾਣਗੇ, ਕੱਪ ਤੇ ਨੀ ਲੈ ਗਏ, ਮੈਨੂੰ ਕੱਪ ਤੇ ਲੈ ਗਏ, ਪਹਿਲਾਂ ਇਹਨਾਂ ਨੇ ਕਿਹਾ ਜਿਹੜਾ ਵੱਧ ਮਿਹਨਤ ਲਾਊਗਾ ਉਹ ਮੈਚਾਂ 'ਤੇ ਜਾਊਗਾ, ਮੈਂ ਇਸੇ ਜੀ ਮਿਹਨਤ ਹੀ ਲਾਈ ਗਿਆ, ਮੈਨੂੰ ਲੈ ਕੇ ਨਹੀਂ ਗਿਆ, ਮੈਂ ਬੰਦੇ ਦਾ ਦਿਲ ਟੁੱਟਦਾ ਇੱਕ ਵਾਰੀ ਨਾ, ਮੈਂ ਬੈਠ ਗਿਆ, ਮੈਂ ਮਿਹਨਤ ਨਹੀਂ ਲਾਈ, ਮੈਂ ਉਹ ਨਹੀਂ ਕਰਨਾ, 2 ਦਿਨ ਪ੍ਰੈਕਟਿਸ ਨਹੀਂ ਕੀਤੀ, ਬਹੁਤ ਹੋਰ ਤਰ੍ਹਾਂ ਹੋਈ, ਫਿਰ ਸਿੱਪੀ ਸੀਗਾ ਤਰਾਣਾ ਸੀ, ਕਹਿੰਦੇ ਤੂੰ ਸਾਡੇ ਨਾਲ ਆਲ ਉੱਪਰ ਖੇਡ, ਫਿਰ ਮੈਨੂੰ ਲੈ ਗਿਆ ਮੂਸਾਪੁਰ, ਮੂਸਾਪੁਰ ਮੈਂ ਖੇਡਿਆ, ਅਤੇ ਚਲੋ ਬਾਬੇ ਕਹਿਣ ਨਾਲ ਸਹੀ ਖੇਡਿਆ, ਜਿੱਦਾਂ ਉਹ ਕਹਿੰਦੇ ਆ ਤੁਹਾਡੇ ਪਿੰਡ ਵਾਲਾ ਨਵਾਂ ਇਹਨੂੰ ਲੈ ਕੇ ਆਉਣਾ, ਫਿਰ ਮੈਂ ਖੇਡਿਆ ਕਾਹਲੀ ਸਾਰੀ, ਕਾਹਲੀ ਸਾਰੀ 20-25 ਦਾ ਮੈਚ ਸੀ, ਸਾਰੀਆਂ ਸ਼ੁਰੂ ਤੋਂ 2-2 ਪਾਈਆਂ, ਅਸੀਂ ਚੱਲ ਮੈਚ ਹਾਰ ਗਏ, ਪਰ ਗੱਲ ਇਹ ਹੋਈ ਸੀ ਉੱਦਣ ਮੈਨੂੰ ਜਿਹੜੇ ਦੁਆਬੇ ਦੇ ਮੇਨ ਕੋਚ ਆ ਨਾ ਮੇਰਾ ਨੰਬਰ ਲੈ ਕੇ ਆਈ, ਕਹਿੰਦੇ ਵੀ ਸਾਡੇ ਤੋਂ ਖੇਡੀ, ਹੁਣ ਜੇ ਕੋਈ ਨਵਾਂ ਮੁੰਡਾ ਉੱਡਦਾ ਆ ਮੈਂ ਨੰਬਰ ਲੈ ਕੇ ਆਉਣਾ ਉਹਦਾ, ਉਦੋਂ ਆਪਣਾ ਲੈ ਕੇ ਆਏ,
ਇਹ ਆ ਸਟਾਰਟਿੰਗ ਸੀ ਉਹ ਭਾਈ ਮਿਹਨਤ ਕੀਤੀ ਤੇ ਹੁਣ ਤੱਕ ਦੇਖ ਲਓਗੇ ਹਾਂ ਲਾਭ ਹੋਊਗਾ ਯਾਰ ਮਿਹਨਤ ਰੰਗ ਲਿਆਉਂਦੀ ਆ ਜਿਹੜਾ ਵੀ ਲਾ ਲਵੇ ਠੀਕ ਆ ਬੰਦਾ ਤੁਸੀਂ ਮਿਹਨਤ ਲਾ ਲਾਂਗੇ ਤੁਹਾਡਾ ਬੋਡੀ ਦਾ ਸਟਰਕਚਰ ਜਾਂ ਬਣ ਜਾਂਦਾ ਬੇਸ ਬਣ ਜਾਂਦਾ ਤੁਹਾਡਾ ਤੁਸੀਂ ਜਦੋਂ ਗੇਮ ਲਾਉਂਦੇ ਤੁਹਾਡਾ ਆਟੋਮੈਟਿਕ ਦਿਮਾਗ ਚੱਲਣ ਲੱਗ ਪਊ ਫਿਰ ਜਦੋਂ ਤੁਸੀਂ ਮੈਚ ਖੇਡੀ ਜਾਂਦੇ ਆ ਹਨਾ ਤੁਹਾਡੀ ਗੇਮ 'ਚ ਨਿਖਾਰ ਆਈ ਜਾਂਦਾ ਇੱਦਾਂ ਆ ਹੁਣ ਜੇ ਉਹੀ ਆਪਾਂ ਗੱਲ ਕਰਦੇ ਹਾਂ ਜੇ ਤੁਸੀਂ ਮਿਹਨਤ ਕਰੋਗੇ ਵਧੀਆ ਤੁਹਾਡੀ ਬੋਡੀ ਫਿਟਨੈਸ ਹੋ ਗਈ ਫਿੱਟ ਹੋ ਗਈ ਤੁਸੀਂ ਪਿੰਡ ਗੇਮ ਲਾਓਗੇ ਤੁਹਾਡੇ ਲਗਾ ਲਗੂ ਖੁੱਲ ਗਏ ਤੁਸੀਂ ਜਦੋਂ ਬਾਹਰ ਮੈਚ ਖੇਡੋਗੇ ਤੁਹਾਡੀ ਝਾਕ ਆ ਤੁਸੀਂ ਅੱਗੇ ਵਧਣ ਲੱਗ ਪਏ ਇੱਦਾਂ ਵੀ ਹਾਂ ਮਿਹਨਤ ਵੀ ਕਰੋ ਪਰ ਮੈਚ ਵੀ ਖੇਡੋ ਸਾਹਮਣੇ
ਕਰਦਾ ਮਿੱਤਰੋਂ ਨਿਕਲ ਜਾਏਗਾ। ਖੇਡ ਹਾਰ ਵਿੱਚ ਸਹਿਣੀ ਪੈਂਦੀ ਹੈ ਧੁੱਪ ਦੇ ਸੇਕ ਦੀ ਮਾਰ ਕਰੋ ਇੱਕ ਬੰਦੇ ਬੰਦੇ ਕਬੱਡੀ ਦੇ ਸਰਕਾਰ ਮਿੱਤਰੋ ਸਖਾਲੀ ਨਹੀਂ ਬਣਦੀ ਗਹਿਰੇ ਝਲਾ ਦੇ ਕਦੇ ਸ਼ੇਰ ਮੈਨੂੰ ਲੱਗਦਾ ਵੀ ਸੁੱਖੀ ਇੱਕ ਦਿਨ ਲੱਗ ਚੁੱਕਿਆ ਹੈ ਹਾਲੇ ਕੋਈ ਨਹੀਂ ਲੱਗਿਆ ਕਹਿੰਦੇ 3,15,000 ਦੇ ਹੈ ਪਰ ਸਾਹਮਣੇ ਉਸੇ ਲਈ ਤੇ ਪੈਰੀ ਧਰਤੀ ਦਾ ਜਿਹੜੇ ਕਪੂਰ ਥਲੇ ਦਾ ਹੌਸੇ ਤੋਂ ਗੁਜਰ ਲੀਤਾ ਲੀਲਾ ਮੇਘ ਸਿੰਘ ਦੀ ਧਰਤੀ ਦਾ ਕੋਸ਼ਿਸ਼ ਕਰ ਰਿਹਾ ਹਜ਼ਾਰ ਪਰ ਸਾਹਮਣੇ ਬਾਲਾ ਮਲ ਸੁੱਖੇ ਦੇ ਫੜ ਕੇ ਕਬੱਡੀ ਪਾ ਦਿੱਤੀ ਹੈ ਮੇਰੇ ਵੀਰੋ ਸੁੱਖਾ ਕਬੱਡੀ ਪਾ ਰਿਹਾ ਹੁਣ ਕਹਿੰਦੇ 4 ਦਾਖੀ ਹੈ ਹੁਣ ਦੇਖਾਂਗੇ ਕੌਣ ਜੋਖਾ ਲਾਵੇਗਾ ਸੌ